ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ। ਅੱਜ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਤੁਹਾਡੀ ਆ ਉਹ ਇਸ ਸੰਬੰਧ ਦੇ ਵਿੱਚ ਆ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ G20 ਦੇ ਦੌਰਾਨ ਸ਼ਹਿਰ ਦੇ ਵਿੱਚ ਟ੍ਰੈਫਿਕ ਜਿਹੜੀ ਆ ਬੜੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਚੱਲੀ ਆ, ਉਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨੂੰ ਇਸੇ ਤਰ੍ਹਾਂ ਹੀ ਚਲਾਵਾਂਗੇ। ਔਰ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਟ੍ਰੈਫਿਕ ਪੁਲਿਸ ਦੇ ਵਿੱਚ 500 ਕਰਮਚਾਰੀ ਆ ਜਿਹਦੇ ਵਿੱਚ ਸਾਡੇ 3 ਜ਼ੋਨਾਂ ਦੇ ਵਿੱਚ ਅਸੀਂ ਵੰਡੇ ਆ। ਉਹਨਾਂ 3 ਜ਼ੋਨਾਂ ਦੇ ਵਿੱਚ 3 ਏਸੀਪੀ ਸਾਹਿਬਾਨ ਲਾਤੇ ਆ, ਉਹਨਾਂ ਦੇ ਉੱਤੇ ਸਾਡੇ ਐਡਮ ਅਫਸਰ ਵੱਖਰੇ ਹੋਣਗੇ। ਐਡਮ ਜਿਹੜੇ ਸਾਡੇ ਨੇ ਜਿਨ੍ਹਾਂ ਨੇ ਸਾਰਾ ਦਿਨ ਕੀ ਵਰਕ ਕਰਨਾ, ਅਗਲੇ ਦਿਨ ਦਾ ਕੀ ਪਲਾਨ ਆ, ਉਹ ਸਾਡੀ ਇੱਕ ਐਡਮ ਟੀਮ ਆ ਜਿਹਦੇ ਵਿੱਚ ਇੱਕ ਸਾਡੇ ACP ਔਰ ਨਾਲ ਉਹਨਾਂ ਦੇ ਇੰਸਪੈਕਟਰ ਰੈਂਕ ਦੇ ਹੋਣਗੇ। ਇਹ ਸਾਰੀ ਟੋਟਲ ਟੀਮ ਜਿਹੜੀ ਆ ਸਾਰੀ ਮੈਡਮ ADCP ਅਮਨਦੀਪ ਕੌਰ ਮੈਮ ਇਹਨਾਂ ਦੇ ਅੰਡਰ ਚੱਲੂਗੀ। ਔਰ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੀਆਂ ਸਾਡੀਆਂ ਮੀਟਿੰਗਾਂ ਜਿਹੜੇ ਸਾਡੇ ACP ਜ਼ੋਨ ਵਾਈਜ਼ ਲਾਏ ਆ ਉਹ ਆਪਾਂ ਆਪਣੇ ਏਰੀਏ ਵਾਈਜ਼ ਸਾਰੇ ਹੀ ਏਰੀਏ ਦੇ ਵਿੱਚ ਜਿਹੜੇ ਦੁਕਾਨਦਾਰ ਜਾਂ ਉਸ ਏਰੀਏ ਦੇ ਹੋਰ ਜਿਹੜੇ ਮੈਂਬਰ ਨੇ ਜਿਨ੍ਹਾਂ ਦਾ ਉਸ ਏਰੀਏ ਦੇ ਰੋਡਾਂ ਦੇ ਉੱਤੇ ਜਿਨ੍ਹਾਂ ਦੇ ਹੈ ਉਹਨਾਂ ਨਾਲ ਇਹ ਮੀਟਿੰਗਾਂ ਕਰਨਗੇ ਆਪਣੀ। ਮੀਟਿੰਗ ਦੌਰਾਨ ਅਸੀਂ ਸੋਮਵਾਰ ਤੋਂ ਇੱਕ ਇੱਕ ਏਰੀਆ ਲੈ ਲੈਣਾ। ਉਸ ਏਰੀਏ ਦੇ ਵਿੱਚ ਅਸੀਂ ਜਿੰਨੇ ਵੀ ਦੁਕਾਨਾਂ ਦੇ ਬਾਹਰ ਕੋਈ ਯੈਲੋ ਲਾਈਨ ਤੋਂ ਬਾਹਰ ਸਮਾਨ ਪਿਆ ਉਹ ਬਿਲਕੁਲ ਸਾਡੇ ਨਾਲ ਕਾਰਪੋਰੇਸ਼ਨ ਦੀਆਂ ਟੀਮਾਂ ਹੋਣਗੀਆਂ, ਉਹਨਾਂ ਦੇ ਨਾਲ ਅਸੀਂ ਸਾਰਾ ਸਮਾਨ ਜਿਹੜਾ ਉਹ ਇੱਕ ਵਾਰੀ ਉਹਨਾਂ ਨੂੰ ਸੋਮਵਾਰ ਜਿਹੜਾ ਆ ਅੰਦਰ ਕਰਾ ਦੇਣਾ। ਉਸ ਤੋਂ ਬਾਅਦ ਉਹਦੀ ਵੀਡੀਓ ਬਣ ਜੂਗੀ। ਜੇ ਇਸ ਤੋਂ ਬਾਅਦ ਸੈਕਿੰਡ ਟਾਈਮ ਸੋਮਵਾਰ ਤੋਂ ਬਾਅਦ ਫਿਰ ਦੁਬਾਰਾ ਪਿਆ ਰਿਹਾ ਤਾਂ ਫਿਰ ਉਹਦੇ 'ਤੇ ਕਾਨੂੰਨੀ ਕਾਰਵਾਈ ਵੀ ਅਸੀਂ ਕਰਾਂਗੇ। ਔਰ ਸਾਡੀਆਂ ਟੀਮਾਂ ਜਿਹੜੀਆਂ ਹੋਣਗੀਆਂ, ਇਹ ਮੈਂ ਦੱਸਣਾ ਚਾਹੁੰਦਾ ਕਿ ਸਾਡੇ 70 ਮੋਟਰਸਾਈਕਲ ਜਿਹੜੇ ਆ ਅਸੀਂ ਟ੍ਰੈਫਿਕ ਨੂੰ ਦਿੱਤੇ ਆ, ਉਹਨਾਂ ਕੋਲ 70 ਚਲਾਨ ਬੁੱਕਾਂ ਹੋਣੀਆਂ ਜਿਨ੍ਹਾਂ ਵਿੱਚੋਂ 60 ਮੋਟਰਸਾਈਕਲ ਦਿਨ ਦੇ ਟਾਈਮ ਕੰਮ ਕਰਨਗੇ ਔਰ 10 ਮੋਟਰਸਾਈਕਲ ਜਿਹੜੇ ਆ ਉਹ ਰਾਤ ਦੇ ਟਾਈਮ ਕੰਮ ਕਰਨਗੇ। 28 ਗੱਡੀਆਂ ਸਾਡੇ ਕੋਲ, 28 ਗੱਡੀਆਂ ਜਿਹੜੀਆਂ ਸਾਡੀਆਂ ਦਿਨ ਦੇ ਟਾਈਮ ਵੀ ਟ੍ਰੈਫਿਕ ਦਾ ਕੰਮ ਕਰਨਗੀਆਂ, ਲੇਕਿਨ ਨਾਈਟ ਟਾਈਮ ਵੀ ਜਿਹੜਾ ਆ ਸਭ ਤੋਂ ਵੱਡੀ ਗੱਲ ਕਿ ਉਹ ਟ੍ਰੈਫਿਕ ਦੇ ਵਿੱਚ ਆ ਰਹੀਆਂ। ਇਸ ਕਰਕੇ ਰਾਤ ਨੂੰ ਸਾਡੀਆਂ 28 ਗੱਡੀਆਂ ਟ੍ਰੈਫਿਕ ਦੀਆਂ, ਜਿਹੜੀਆਂ ਆਰਟਿਕਾ ਗੱਡੀਆਂ ਔਰ 10 ਮੋਟਰਸਾਈਕਲ, ਇਹ ਪੂਰੀ ਰਾਤ ਜਿੱਥੇ ਜਿੱਥੇ ਵੀ ਸਾਡੇ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਆ, ਰੇਲਵੇ ਸਟੇਸ਼ਨ, ਬੱਸ ਸਟੈਂਡ ਔਰ ਸਾਡੇ ਬਾਹਰ ਜਿਹੜੇ ਜਿੰਨੇ ਵੀ ਪੈਲਸ ਆ ਜਾਂ ਏਅਰਪੋਰਟ ਰੋਡ 'ਤੇ ਕੋਈ ਬੰਦਾ ਜਾ ਰਿਹਾ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਆਉਣ ਵਾਲੇ ਦਿਨਾਂ 'ਚ ਕੋਈ ਸਮੱਸਿਆ ਨਾ ਹੋਵੇ। ਇਸੇ ਤਰ੍ਹਾਂ ਹੀ ਦਿਨ ਦੇ ਟਾਈਮ ਮੇਰੀ ਅਪੀਲ ਇਹੋ ਹੀ ਆ ਸ਼ਹਿਰ ਵਾਸੀਆਂ ਨੂੰ ਕਿ ਪੁਲਿਸ ਦਾ ਪੂਰਾ ਸਹਿਯੋਗ ਦੇਣ ਔਰ ਇਹ ਕੰਮ ਅਸੀਂ ਸ਼ਹਿਰ ਵਾਸੀਆਂ ਲਈ ਕਰ ਰਹੇ ਹਾਂ। ਇਹਦੇ ਵਿੱਚ ਜਿਵੇਂ ਰੋਡ ਦੇ ਉੱਤੇ ਹੋਟਲ ਆ, ਹੋਟਲ ਵਾਲਿਆਂ ਨਾਲ ਸਾਡੀਆਂ ਜਿਹੜੀਆਂ ਮੀਟਿੰਗ ਸਾਡੇ ਜਿਹੜੇ ਆ ਮੈਡਮ ਨੇ ਇਹ ਆਪਣੇ ACP ਸਾਹਿਬਾਨਾਂ ਦੇ ਨਾਲ ਉਹਨਾਂ ਨਾਲ ਕਰਾ ਲੈਣਗੇ। ਲੋਕਲ SHO ACP ਨਾਲ ਇਹਨਾਂ ਦੇ ਹੋਣਗੇ। ਉਹਨਾਂ ਨੂੰ ਵੀ ਸਾਡੀ ਇਹੋ ਹੀ ਆ ਵੀ ਉਹ ਆਪਣੇ ਜਿੰਨੇ ਵੀ ਉਹਨਾਂ ਦੇ ਜਿਹੜੇ ਆਉਂਦੇ ਨੇ ਲੋਕ ਉਹ ਸਾਰੀਆਂ ਗੱਡੀਆਂ ਆਪਣੀਆਂ ਜੋ ਉਹਨਾਂ ਦੀ ਪਾਰਕਿੰਗ ਬਣਾਈ ਗਈ ਉੱਥੇ ਲਾਉਣ, ਕੋਈ ਵੀ ਰੋਡ ਦੇ ਉੱਤੇ ਗੱਡੀ ਨਾ ਲੱਗੇ। ਸੈਕਿੰਡ ਪੁਆਇੰਟ, ਜਿਵੇਂ ਸਕੂਲ ਨੇ, ਸਕੂਲ ਜਿੰਨੇ ਵੀ ਆ ਉਹਨਾਂ ਵਿੱਚ ਜਿਹੜੀਆਂ ਉਹਨਾਂ ਦੀਆਂ ਸਕੂਲ ਬੱਸਿਸ ਜਾਂ ਜਿਹੜੇ ਬੱਚੇ ਆਪਣੇ ਵਹੀਕਲਾਂ 'ਤੇ ਆਉਂਦੇ ਆ, ਉਹ ਸਾਰੇ ਦੇ ਸਾਰੇ ਸਕੂਲ ਆਪਣੀ ਰੋਡ ਦੇ ਉੱਤੇ ਕੋਈ ਨਹੀਂ ਲਵਾਊਗਾ। ਸਭ ਤੋਂ ਪਹਿਲਾਂ ਅਗਰ ਬੱਸ ਆਉਂਦੀ ਆ ਬੱਚੇ ਉਤਾਰਨ, ਉਸ ਤੋਂ ਬਾਅਦ ਉਹ ਬੱਸ ਜੇ ਸਕੂਲ ਦੇ ਵਿੱਚ ਨਹੀਂ ਜਗ੍ਹਾ ਤਾਂ ਨੀਅਰੈਸਟ ਜਿੱਥੇ ਵੀ ਖਾਲੀ ਜਗ੍ਹਾ ਕੋਈ ਉੱਥੇ ਜਾ ਕੇ ਲਾਉਣ, ਰੋਡ ਨੂੰ ਅਸੀਂ ਬਲੋਕ ਨਹੀਂ ਹੋਣ ਦਿਆਂਗੇ। ਇਸੇ ਤਰ੍ਹਾਂ ਹੀ ਜਿਹੜੇ ਹੋਸਪਿਟਲ ਆ, ਹੋਸਪਿਟਲ ਵੀ ਆਪਣੀਆਂ ਜਿਹੜੀਆਂ ਐਮਰਜੈਂਸੀ ਗੱਡੀਆਂ ਆ ਰਹੀਆਂ ਠੀਕ ਆ ਉਹ ਆਪਣੇ ਲਾਉਣਗੇ, ਸਾਡੇ ਬੰਦੇ ਲੱਗੇ ਹੋਣਗੇ, ਪਰ ਬੇਵਜ੍ਹਾ ਜਿਹੜੇ ਉਹ ਆ ਕੇ ਜਿਹੜੇ ਕੋਈ ਪੇਸ਼ੈਂਟ ਆ ਉਹਨੂੰ ਗਾਂਹ ਦੇਖਣ ਵਾਲੇ ਉਹਨਾਂ ਦੇ ਜਿਹੜੇ ਆਉਂਦੇ ਨੇ, ਉਹ ਸਾਰੀਆਂ ਗੱਡੀਆਂ ਜਿਹੜੀਆਂ ਆਪਣੀਆਂ ਇਹ ਹੋਸਪਿਟਲ ਦੀ ਜ਼ਿੰਮੇਵਾਰੀ ਫਿਕਸ ਕਰਾਂਗੇ ਵੀ ਉਹਨਾਂ ਨੂੰ ਕਿੱਥੇ ਲਵਾਉਣੀਆਂ ਉਹਨਾਂ ਦੀਆਂ। ਲੇਕਿਨ ਸਾਡਾ ਫੋਕਸ ਇਹੋ ਹੀ ਹੋਊਗਾ ਸ਼ਹਿਰ ਨੂੰ ਇੱਕ ਵਧੀਆ ਟ੍ਰੈਫਿਕ ਦਈਏ ਔਰ ਸਾਰੇ ਸ਼ਹਿਰ ਨੂੰ ਨਾਲ ਲੈ ਕੇ ਮੀਟਿੰਗਾਂ ਕਰਕੇ ਉਹਨਾਂ ਦੇ ਮੁਤਾਬਕ ਔਰ ਸਾਡੇ ਆਪਣੇ ਟ੍ਰੈਫਿਕ ਪੁਲਿਸ ਜਿਹੜੀ ਆ ਇਹਨਾਂ ਦੇ ਮੁਤਾਬਕ ਰਲ ਕੇ ਇੱਕ ਸਾਂਝਾ ਆਪਰੇਸ਼ਨ ਕਰਾਂਗੇ ਜਿਹਦੇ ਨਾਲ ਇਹ ਸਾਰਾ ਕੁਛ ਆਉਣ ਵਾਲੇ ਦਿਨਾਂ 'ਚ ਜਿਹੜਾ ਆ ਵੀ ਹਰ ਬੰਦਾ ਜਿਹੜਾ ਬਾਹਰੋਂ ਆਵੇ ਉਹਨੂੰ ਪਤਾ ਲੱਗੇ ਕਿ ਮੈਂ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗਿਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਉਹਨੂੰ ਸਮੱਸਿਆ ਨਹੀਂ ਆ ਰਹੀ। ਇਹ ਸਾਡਾ ਜਿਹੜਾ ਹੁਣ ਪਹਿਲਕਦਮੀ ਹੋਊਗੀ। ਬਿਲਕੁਲ ਜੀ, ਜੋ ਰੂਲਸ ਆ ਹਰ ਦਾ ਅਲੱਗ ਅਲੱਗ ਫਾਈਨ ਆ। ਜੇ ਕੋਈ ਯੈਲੋ ਲਾਈਨ ਤੋਂ ਬਾਹਰ ਗੱਡੀ ਖੜੀ ਕਰਦਾ ਤਾਂ ਸਾਡੇ ਕੋਲ ਟੋ ਵੈਨਾਂ ਹੋਣਗੀਆਂ, ਅਸੀਂ ਉਹਨੂੰ ਗੱਡੀ ਨੂੰ ਟੋ ਕਰਕੇ ਲੈ ਜਾਵਾਂਗੇ, ਉਹਦੇ ਵਿੱਚ ਜੋ ਉਹਦਾ ਫਾਈਨ ਆ ਉਹਨੂੰ ਪਊਗਾ। ਇਸੇ ਤਰ੍ਹਾਂ ਹੀ ਜਿਹੜੀਆਂ ਕੋਈ ਖਾਸ ਕਰ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਹੋਣਗੀਆਂ ਉਹਨਾਂ ਦਾ ਫਾਈਨ ਕਰਾਂਗੇ। ਪਿਛਲੇ ਦਿਨਾਂ 'ਚ ਅਸੀਂ ਬਹੁਤ ਕੀਤਾ ਆ, ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਸ਼ਹਿਰ ਦੇ ਵਿੱਚ ਸਿੰਗਲ ਗੱਡੀ ਅਸੀਂ ਕਾਲੇ ਸ਼ੀਸ਼ੇ ਵਾਲੀ ਨਹੀਂ ਘੁੰਮਣ ਦਿਆਂਗੇ ਔਰ ਵਿਦਆਊਟ ਨੰਬਰ ਤੋਂ ਨਹੀਂ ਹੋਵੇਗੀ। ਮੋਟਰਸਾਈਕਲ ਜਿੰਨੇ ਵੀ ਆ, ਕੋਈ ਟਿੱਪਰ ਰਾਈਡਿੰਗ ਵਿਦਆਊਟ ਨੰਬਰ ਜਾਂ ਜਿਹੜੇ ਖਾਸ ਕਰ ਪਟਾਕੇ ਮਾਰਦੇ ਆ, ਇਹਨਾਂ 'ਤੇ ਸਾਡਾ ਪਹਿਲਾਂ ਫੋਕਸ ਆਊਗਾ। ਇਹਨੂੰ ਅਸੀਂ ਬਿਲਕੁਲ ਪਹਿਲਾਂ ਇਸ ਚੀਜ਼ਾਂ 'ਤੇ ਉਹਦੇ ਜਿਹੜਾ ਸਖਤੀ ਕਰਾਂਗੇ। ਇਸ ਤੋਂ ਇਲਾਵਾ ਜਿਹੜੇ ਹੋਰ ਬਾਕੀ ਚੀਜ਼ਾਂ ਉਹ ਫਿਰ ਉਸ ਤੋਂ ਬਾਅਦ ਜਦੋਂ ਇਹ ਚਾਲੂ ਹੋ ਗਈਆਂ ਫਿਰ ਇਸ ਤੋਂ ਅੱਗੇ ਕਰਾਂਗੇ। ਸਾਡਾ ਪਹਿਲਾ ਫੋਕਸ ਇਹੋ ਹੀ ਹੋਊਗਾ ਤਾਂ ਜੋ ਕਿ ਕਿਸੇ ਤਰ੍ਹਾਂ ਦੀ ਕੋਈ ਆਮ ਬੰਦੇ ਨੂੰ ਪ੍ਰੋਬਲਮ ਨਾ ਆਵੇ। ਕੋਈ ਖਾਸ ਕਰ ਦੇਖਿਆ ਹੋਣਾ ਤੁਸੀਂ ਮੋਟਰਸਾਈਕਲ ਦੇ ਜਿਹੜੇ ਸਾਡੇ ਲੜਕੇ ਆ, ਯੂਥ ਆ, ਉਹ ਪਟਾਕੇ ਮਾਰਦੇ ਆ, ਨੰਬਰ ਪਲੇਟਾਂ ਉਹਨਾਂ ਦੀਆਂ ਗਲਤ ਲਿਖੀਆਂ ਹੁੰਦੀਆਂ,
ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਾਡਾ ਪਹਿਲਾਂ ਫੋਕਸ ਹੋਊਗਾ। ਬਿਲਕੁਲ ਜੀ, ਮੈਂ ਦੱਸਿਆ ਜੀ, ਸਾਡੇ ਕੋਲ ਟ੍ਰੈਫਿਕ ਦੇ ਵਿੱਚ 500 ਬੰਦਾ ਜਿਹੜਾ ਹੋ ਗਿਆ, ਔਰ ਇਹ ਤੋਂ ਇਲਾਵਾ 11 ਇੰਸਪੈਕਟਰ ਕੰਮ ਕਰਦੇ, ਜਿਹਨਾਂ 'ਚ 6 ਇੰਸਪੈਕਟਰ ਫੀਲਡ 'ਚ ਕੰਮ ਕਰਨਗੇ ਔਰ 5 ਜਿਹੜੇ ਆ ਉਹਨਾਂ ਨੂੰ ਮਗਰੋਂ ਬੈਕ 'ਤੇ ਰਹਿਣਗੇ, ਉਹਨਾਂ ਦੇ ਐਡਮ ਨੇ, ਉਹਨਾਂ ਨੂੰ ਫੋਰਸ ਦੇਣੀ ਆ, ਉਹ ਸਾਰਾ ਕੁਝ ਜਿਹੜਾ ਉਹਨਾਂ ਦੇ ਮਗਰ ਹੋਣਗੇ। ਸਰ ਦੇਖਿਆ ਗਿਆ ਹੈਗਾ, ਜੇਕਰ ਅਸੀਂ ਸਕੂਲਾਂ ਦੀ ਗੱਲ ਕਰੀਏ ਤਾਂ ਇੱਕ ਅਸੀਂ ਕਹਿ ਕਿ ਇੱਕ ਪਾਰਕਿੰਗ ਦੇ ਪੈਸੇ ਲੈਣ ਖਾਤਰ ਜਿਹੜੇ ਨਾਬਾਲਗ ਬੱਚੇ ਹੈਗੇ ਨੇ ਉਹ ਐਕਟੀਵਾ ਚਲਾ ਰਹੇ ਹੈਗੇ ਨੇ, ਮੋਟਰਸਾਈਕਲ ਚਲਾ ਰਹੇ ਹੈਗੇ ਨੇ, 17-18 ਸਾਲ ਤੋਂ ਘੱਟ ਬੱਚੇ ਹੈਗੇ ਨੇ, ਉਹ ਸਕੂਲਾਂ ਦੇ ਨਾਲ ਉਹਨਾਂ ਦੇ ਪ੍ਰਿੰਸੀਪਲਸ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਿਉਂਕਿ ਉਹ 7-8 ਸੌ ਰੁਪਇਆ ਪਾਰਕਿੰਗ ਦਾ ਲੈਂਦੇ ਨੇ ਤਾਂ ਮੋਟਰਸਾਈਕਲ ਅੰਦਰ ਲਵਾਉਂਦੇ? ਬਿਲਕੁਲ ਜੀ, ਅਸੀਂ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਅੱਜ ਫਰਾਈਡੇ ਆ, ਫਰਾਈਡੇ, ਸੈਚਰਡੇ, ਸੰਡੇ 3 ਦਿਨ ਜਿਹੜਾ ਸਾਡਾ ਇਹੋ ਹੀ ਫੋਕਸ ਰਹੂਗਾ। ਹਰ ਇੱਕ ਦੇ ਨਾਲ ਸਾਡੇ ਅਲੱਗ ਅਲੱਗ ਜਿਹੜੇ ਸਾਡੇ ਆਫਿਸਰ ਫੀਲਡ 'ਚ ਲੱਗੇ ਆ ਉਹ ਮੀਟਿੰਗ ਕਰਨਗੇ, ਸਾਡੀ ਸਕੂਲਾਂ ਦੇ ਨਾਲ ਮੀਟਿੰਗ ਹੋਊਗੀ। ਜਿਹੜੇ 18 ਸਾਲ ਤੋਂ ਘੱਟ ਬੱਚਾ ਜਿਹੜਾ ਚਲਾ ਰਿਹਾ ਉਹਦੇ ਪੇਰੈਂਟਸ ਨੂੰ ਇਹ ਚਾਹੀਦਾ ਕਿ ਪੂਰਾ ਖਿਆਲ ਰੱਖਣ, ਆਪ ਉਹਨੂੰ ਛੱਡ ਕੇ ਆਉਣ, ਜੇ ਉਹ ਲਾਗੇ ਹੋਰ ਉਹਦੇ ਕੋਲ ਨਹੀਂ ਜਾਣ ਦੀ ਸਮੱਸਿਆ, ਕੋਈ ਗੱਡੀ ਵਗੈਰਾ ਨਹੀਂ ਮਿਲਦੀ ਤਾਂ ਉਹਨੂੰ ਆਪ ਛੱਡ ਕੇ ਆਉਣ। ਛੋਟੀ ਉਮਰ ਦੇ ਵੀ ਬੱਚੇ ਜਿਹੜੇ ਆ ਅਸੀਂ ਉਹਨਾਂ ਨੂੰ ਵੀ ਕੋਈ ਇੱਦਾਂ ਦੇ ਜਿਹੜੇ ਆ ਮੋਟਰਸਾਈਕਲ ਸਕੂਟਰ ਲੈ ਕੇ ਚੱਲਣ ਨਹੀਂ ਦਿਆਂਗੇ, ਇਹ ਇਹਨਾਂ ਦੇ ਵੀ ਸਾਡੀ ਜਿਹੜੀ ਆ ਉਹਨਾਂ ਦੇ ਨਾਲ ਇੱਕ ਵਾਰੀ ਮੀਟਿੰਗ ਕਰਕੇ ਦੇਖੋ ਜੀ, ਇਹ ਮੈਂ ਦੱਸਣ ਡਿਆ ਹਰ ਇੱਕ ਦੇ ਨਾਲ ਸਾਡੀਆਂ ਮੀਟਿੰਗਾਂ ਆਉਣੀਆਂ, ਚਾਹੇ ਸਕੂਲ ਹੋਵੇ, ਆਟੋ ਹੋਵੇ, ਹੋਟਲ ਹੋਣ, ਆਮ ਦੁਕਾਨਦਾਰ ਹੋਣ, ਸਾਰਿਆਂ ਨਾਲ ਮੀਟਿੰਗ ਕਰਕੇ, ਇਸੇ ਲਈ ਅੱਜ ਆਪਾਂ ਜਿਹੜੀ ਸਾਰੀ ਪ੍ਰੈਸ ਕਾਨ ਕਰ ਰਹੇ ਹਾਂ ਕਿ ਲੋਕਾਂ ਨੂੰ ਅਵੇਅਰ ਹੋ ਜਾਵੇ, ਤੁਹਾਡੇ ਚੈਨਲ ਥਰੂ, ਤੁਹਾਡੀਆਂ ਨਿਊਜ਼ਪੇਪਰ ਰਾਹੀਂ ਹਰ ਇੱਕ ਬੰਦੇ ਨੂੰ ਪਤਾ ਲੱਗ ਜਾਵੇ ਵੀ ਆਉਣ ਵਾਲੇ ਦਿਨਾਂ 'ਚ ਸੋਮਵਾਰ ਤੋਂ ਬਾਅਦ ਅਗਰ ਮੈਂ ਕੋਈ ਗਲਤੀ ਕਰ ਰਿਹਾ ਤਾਂ ਮੇਰੇ 'ਤੇ ਕਾਨੂੰਨੀ ਕਾਰਵਾਈ ਹੋਊਗੀ। ਇਹ ਨਾ ਕਹਿਣ ਕਿ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ, ਇਸ ਕਰਕੇ ਅੱਜ ਆਪਾਂ ਇਹਨਾਂ ਸਾਰੇ ਲੋਕਾਂ ਨੂੰ ਦੱਸਣ ਵਾਸਤੇ, ਕਿਉਂਕਿ ਹਰ ਚੈਨਲ ਤੁਸੀਂ ਲੋਕਾਂ ਤੱਕ ਚਾਹੁੰਦੇ ਹੋ ਗੱਲ, ਇਹ ਆਵਾਜ਼ ਸਾਡੀ ਪਹੁੰਚ ਜਾਣੀ ਚਾਹੀਦੀ। ਇਕੱਲੇ ਇਕੱਲੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਆਪਣੇ ਛੋਟੇ ਬੱਚੇ ਨੂੰ ਮੋਟਰਸਾਈਕਲ ਨਹੀਂ ਦੇਣਾ, ਠੀਕ ਹੈ ਨਾ। ਜੇ ਘਰੋਂ ਵੀ ਚੱਲਦੇ ਨੇ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਗੱਡੀ ਜਿਹੜੀ ਆ ਬੱਚੇ ਨੇ ਕਾਲੀ ਫਿਲਮ ਲਈ, ਮੈਨੂੰ ਨਹੀਂ ਚੱਲਣ ਦੇਣੀ। ਅਗਰ ਫਿਰ ਵੀ ਆਉਣ ਦਿੰਦੇ ਆ ਤਾਂ ਅਸੀਂ ਉਹਦੇ 'ਤੇ ਸਖਤੀ ਨਾਲ ਕਾਰਵਾਈ ਕਰਾਂਗੇ। ਇਹ ਬਿਲਕੁਲ ਕਾਨੂੰਨ ਜਿਹੜਾ ਆ ਉਹਨੂੰ ਇਹ ਪੂਰਾ ਜਿਹੜਾ ਤਰੀਕੇ ਨਾਲ ਅਵੇਲ ਕਰਾਵਾਂਗੇ। ਅਕਸਰ ਟ੍ਰੈਫਿਕ ਲਾਂਗ ਬਣ ਰਹੇ ਆ, ਇਸ ਤੋਂ ਪਹਿਲੇ ਵੀ ਬਣੇ ਜੀ, ਤਾਂ ਇੰਪਲੀਮੈਂਟੇਸ਼ਨ ਵਾਸਤੇ ਬੜੀ ਪ੍ਰੋਬਲਮ ਆ ਰਹੀ। ਦੇਖੋ ਨਾ, ਹੁਣ ਆਟੋ ਦੀ ਜਿਵੇਂ ਗੱਲ ਹੋਈ, ਈ ਰਿਕਸ਼ਾ ਅਸੀਂ ਇਸ ਕਰਕੇ ਉਤਾਰੇ ਸੀਗੇ ਵੀ ਤਾਂ ਕਿ ਥੋੜਾ ਟ੍ਰੈਫਿਕ ਰੈਗੂਲੇਟ ਹੋ ਜਾਵੇ, ਉਹ ਜ਼ਿਆਦਾ ਸਮੱਸਿਆ ਬਣ ਗਿਆ ਵੀ ਕਿਆ ਇਹ ਵਾਕਈ ਕੀ, ਜਿਵੇਂ G20 ਦੇ ਵਿੱਚ ਬਹੁਤ ਸਾਰਾ ਕੰਮ ਠੀਕ ਹੋ ਗਿਆ, ਵੀ ਕੀ ਸਖਤੀ ਕਰੋਗੇ ਆਮਲ, ਕਿਉਂਕਿ ਆਮ ਤੌਰ 'ਤੇ ਦੇਖਿਆ ਕਿ ਪੋਲੀਟੀਕਲ ਇੰਟਰਫਰੈਂਸ ਬਹੁਤ ਹੁੰਦਾ ਜਾਂ ਹੋਰ ਵੀ ਕਈ ਮਜਬੂਰੀਆਂ ਹੁੰਦੀਆਂ ਜਿਹਦੇ ਕਰਕੇ ਟ੍ਰੈਫਿਕ ਰੈਗੂਲੇਟ ਸਮੱਸਿਆ ਜਿਹੜੀ ਹੈ ਬਹੁਤ ਵਿਕਰਾਲ ਬਣ ਚੁੱਕੀ ਹੈ? ਅਸੀਂ ਜੀ ਇਹਨੂੰ ਹੁਣ ਜੜੋਂ ਖਤਮ ਕਰਨ ਜਾ ਰਹੇ ਹਾਂ। ਸਾਨੂੰ ਸਿਰਫ ਸਹਿਯੋਗ ਚਾਹੀਦਾ ਸ਼ਹਿਰ ਵਾਸੀਆਂ ਦਾ ਔਰ ਤੁਹਾਡਾ। ਟ੍ਰੈਫਿਕ ਜਿਹੜੇ ਆਟੋ ਪ੍ਰੋਬਲਮ ਖੜੀ ਕਰਦੇ ਆ, ਜਿਹੜੇ ਆਟੋ ਹੁਣ ਬਿਨਾਂ ਮਤਲਬ ਤੋਂ ਘੁੰਮ ਰਹੇ, ਜਿਨ੍ਹਾਂ ਦੇ ਕੋਲ ਕੋਈ ਆਰਸੀ ਨਹੀਂ, ਵਿਦਾਊਟ ਨੰਬਰ ਚੱਲਦੇ ਆ, ਜਾਂ ਜਿਹੜੇ ਚੱਲ ਹੀ ਨਹੀਂ ਸਕਦੇ, ਉਹਨਾਂ ਦਾ ਜ਼ਿਆਦਾ ਮਤਲਬ ਉਹਨਾਂ ਦੇ ਇੰਜਣ ਹੀ ਇੰਨੇ ਖਰਾਬ, ਪੋਲਿਊਸ਼ਨ ਫੈਲਾ ਰਹੇ ਆ, ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖਿਆ ਹੋਣਾ, ਕਾਰਪੋਰੇਸ਼ਨ ਵੱਲੋਂ ਵੀ ਆਇਆ ਹੋਇਆ ਵੀ ਅਸੀਂ 1 April ਤੋਂ ਨਹੀਂ ਚੱਲਣਗੇ। ਸਾਡੀਆਂ ਉਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਚੱਲ ਰਹੀ ਆ, ਇਹਨਾਂ ਦੇ ਉੱਤੇ ਅਸੀਂ ਪੂਰੀ ਸਖਤੀ ਕਰ ਦੇਣੀ ਆ। ਆਉਣ ਵਾਲੇ ਦਿਨਾਂ 'ਚ ਜਿਹੜੇ ਚੱਲਣਗੇ ਵੀ ਉਹ ਵੀ ਇੱਕ ਲਾਈਨ ਦੇ ਵਿੱਚ, ਔਰ ਇਹਨਾਂ ਨੂੰ ਪ੍ਰੋਪਰ ਅਸੀਂ ਇਹਨਾਂ ਨੂੰ ਰੋਡ ਵਾਈਜ਼ ਸਿਲੈਕਟ ਕਰ ਲੈਣਾ ਵੀ ਕਿੱਥੋਂ ਅਸੀਂ ਸਲਿਪ ਰੋਡ ਦੇਣੀ ਆ, ਕਿੱਥੋਂ ਇਹਨਾਂ ਨੂੰ ਚੱਲਣਾ। ਅਗਰ ਕੋਈ ਹਜੂਮ ਬਣਾ ਕੇ ਖੜਾ ਕਰਦਾ, ਸਾਡੇ ਸਾਰੇ ਆਫਿਸਰਾਂ ਨੂੰ ਅਸੀਂ ਗਾਈਡ ਕਰ ਦਿੱਤਾ, ਪ੍ਰੋਪਰ ਵੀਡੀਓ ਇਹਨਾਂ ਦੀ ਬਣਾ ਕੇ, ਮੂਵੀ ਬਣਾ ਕੇ, ਉੱਤੇ ਸਖਤੀ ਨਾਲ ਕਾਰਵਾਈ ਕਰਨੀ। ਔਰ ਅਸੀਂ ਇਹਦੇ 'ਚ ਕੋਈ ਇਹਨਾਂ ਨੂੰ ਟਲਮਟ ਨਹੀਂ ਦੇਣੀ ਇੱਦਾਂ ਦੀ ਕਿ ਜਿੱਥੇ ਮਰਜ਼ੀ ਬ੍ਰੇਕ ਲਾ ਲਈ, ਜੋ ਮਰਜ਼ੀ ਕਰ ਲਿਆ। ਇਹਨਾਂ ਦੇ ਨਾਲ ਸਾਡੀਆਂ ਐਜੂਕੇਸ਼ਨ ਟੀਮਾਂ ਜਿਹੜੀਆਂ ਉਹ ਇਹਨਾਂ ਨੂੰ ਪੂਰੀਆਂ ਲਾਤੀਆਂ ਸੀ। ਸਾਡਾ ਇੱਕ ਪ੍ਰੋਪਰ ਐਜੂਕੇਸ਼ਨ ਟੀਮ ਆ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਅਵੇਅਰ ਕਰਦੀ ਆ, ਟੈਕਸੀਆਂ ਨੂੰ ਅਵੇਅਰ ਕਰਦੀ ਆ, ਔਰ ਆਟੋ ਨੂੰ। ਉਹਨਾਂ ਦੇ ਅਸੀਂ ਪੀਰੀਅਡ ਲਵਾ ਰਹੇ ਇਹਨਾਂ ਦੇ ਨਾਲ। ਦੇਖੋ ਨਾ, ਰਜਿਸਟ੍ਰੇਸ਼ਨ ਤਾਂ ਕੋਈ ਹੈ ਨਹੀਂ ਜੀ ਈ ਰਿਕਸ਼ਾ ਦੀ, ਉਹਦੇ ਲਈ ਬੜੀ ਵੱਡੀ ਸਮੱਸਿਆ ਬਣ ਗਈ ਸੀ। ਬਹੁਤ ਸਾਰੇ ਈ ਰਿਕਸ਼ਾ, ਮਤਲਬ ਆਟੋ ਨਾਲੋਂ ਜ਼ਿਆਦਾ ਈ ਰਿਕਸ਼ਾ ਹੋਏ, ਉਹਦੇ ਲਈ ਕੋਈ ਕੰਸਟ੍ਰਕਟਿਵ ਪਲਾਨ ਤੁਹਾਡੇ ਕੋਲ ਜਾਂ ਤੁਸੀਂ ਕੋਈ ਹੈਲਪ ਮੰਗੀ ਹੋਏ? ਬਿਲਕੁਲ ਜੀ ਬਿਲਕੁਲ, ਅਸੀਂ ਕਾਰਪੋਰੇਸ਼ਨ ਨਾਲ ਸਾਡਾ ਲਗਾਤਾਰ ਟਾਈਅਪ ਚੱਲਦਾ, ਅਸੀਂ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਤੇ ਵੀ ਪੂਰੀ ਨੱਥ ਪਾ ਲੈਣੀ ਆ। ਔਰ ਇਸੇ ਤਰ੍ਹਾਂ ਹੀ ਸ਼ਹਿਰ ਦੇ ਵਿੱਚ ਵੀ ਜਿਹੜੀ ਬਿਨਾਂ ਮਤਲਬ ਤੋਂ ਲੋਕਾਂ ਨੇ ਦੇਖਿਆ ਹੋਣਾ, ਦੁਕਾਨਦਾਰਾਂ ਨੇ ਸਾਰਾ ਸਮਾਨ ਕੱਢ ਕੇ ਦੁਕਾਨ ਦੇ ਬਾਹਰ ਲਾ ਦਿੰਦੇ ਆ, ਔਰ ਜਿਹੜਾ ਉਹਨਾਂ ਨੇ ਆਪਣਾ ਬੋਰਡ ਲਾਇਆ ਹੁੰਦਾ ਉਹ ਰੋਡ ਦੇ ਵਿੱਚ ਰੱਖ ਦਿੰਦੇ ਆ। ਤੁਸੀਂ ਟਾਇਰਾਂ ਵਾਲੀ ਦੁਕਾਨ 'ਤੇ ਜਾਓਗੇ, ਟਾਇਰ ਸਾਰੇ ਇਕੱਠੇ ਕਰਕੇ ਉਹਨਾਂ ਨੇ ਬਾਹਰ ਸ਼ੋਅ ਕਰ ਦਿੰਦੇ ਆ ਵੀ ਇਹ ਟਾਇਰਾਂ ਜੀ। ਜਿਸ ਨੇ ਵੀ ਕਿਸੇ ਨੇ ਟਾਇਰ ਦਾ ਕੋਈ ਪੈਂਚਰ ਲਵਾਉਣਾ ਜਾਂ ਕੁਛ ਕਰਨਾ, ਤੁਹਾਨੂੰ ਆਟੋਮੈਟਿਕ ਪਤਾ ਵੀ ਇਹ ਦੁਕਾਨ ਆ, ਉਹ ਆਪਣੀ ਦੁਕਾਨ ਦੇ ਬਾਹਰ ਉੱਪਰ ਬੋਰਡ ਲਾਉਣ, ਨਾ ਕਿ ਇੱਥੇ ਕਰਨ। ਇਹ ਅਸੀਂ ਬਿਲਕੁਲ ਨਹੀਂ ਕਰਨ ਦਿਆਂਗੇ, ਇਹ 'ਤੇ ਸਾਡੀ ਪੂਰੀ ਸਖਤੀ ਹੋਊਗੀ। ਆਉਣ ਵਾਲੇ ਦਿਨਾਂ 'ਚ ਅਸੀਂ ਸ਼ਹਿਰ ਨੂੰ ਵਧੀਆ ਟ੍ਰੈਫਿਕ ਤੋਂ ਜਿਹੜਾ ਮੁਕਤ ਕਰਨਾ, ਤਾਂ ਜੋ ਕਿ ਲੋਕ ਸਮਝਣ ਕਿ ਅਸੀਂ ਵਾਕਿਆ ਕਿਸੇ ਸ਼ਹਿਰ 'ਚ ਘੁੰਮ ਰਹੇ ਹਾਂ। ਦੇਖੋ ਜੀ, ਅਸੀਂ ਦੱਸਣਾ ਚਾਹੁੰਦੇ ਹਾਂ ਵੀ ਇਸੇ ਕਰਕੇ ਹੀ ਅੱਜ ਲੋਕਾਂ ਨੂੰ, ਸਾਰਿਆਂ ਨੂੰ ਅਵੇਅਰ ਕਰਨ ਵਾਸਤੇ ਤੁਹਾਡੇ ਜ਼ਰੀਏ ਅੱਜ ਕਰ ਦਿੱਤਾ। 3 ਦਿਨ ਦਾ ਅਸੀਂ ਟਾਈਮ ਦੇ ਦਿੱਤਾ, 3 ਦਿਨ ਤੋਂ ਬਾਅਦ ਸਾਡੇ ਨਾਲ ਕਾਰਪੋਰੇਸ਼ਨ ਦੀਆਂ ਟੀਮਾਂ ਹੋਣਗੀਆਂ,